ਲਕੀਰਾਂ ਖਿੱਚ ਕੇ ਕੰਮ ਨੂੰ ਚੱਲਦੇ ਹੁੰਦੇ। ਪਰਨੀਤ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਸੀ ਕਿ ਕਿਸਾਨ ਦੀ ਮੌਤ ਆਪਣੇ ਆਪ ਹੋਈ, ਕਿਸੇ ਵੀ ਤਰ੍ਹਾਂ ਦਾ ਉਸਨੂੰ ਧੱਕਾ ਨਹੀਂ ਵੱਜਾ। ਤਾਂ ਹੁਣ ਇਨਸਾਫ ਲੈਣ ਦੇ ਲਈ ਕਿਸਾਨਾਂ ਦੇ ਵੱਲੋਂ ਪਰਨੀਤ ਕੌਰ ਦਾ ਤਿੱਖਾ ਘਿਰਾਓ ਕੀਤਾ ਜਾ ਰਿਹਾ, ਮੋਤੀ ਬਾਗ ਦੇ ਵੱਲ ਚਾਲੇ ਪਾਏ ਜਾ ਰਹੇ ਨੇ ਔਰ ਇਹਨਾਂ ਦੀ ਪੁਲਿਸ ਦੇ ਨਾਲ ਧੱਕਾ ਮੁੱਕੀ ਹੋਈ ਹੈ। ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਕਿਸਾਨ ਪਰਨੀਤ ਕੌਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ, ਜਿਸ ਮੌਕੇ ਪੁਲਿਸ ਦੇ ਨਾਲ ਧੱਕਾ ਮੁੱਕੀ ਹੁੰਦੀ ਹੈ। ਇਹ ਤਸਵੀਰਾਂ ਪਟਿਆਲੇ ਤੋਂ ਸਾਹਮਣੇ ਆਈਆਂ ਨੇ। ਇਹਨਾਂ ਕਿਸਾਨਾਂ ਦੇ ਵੱਲੋਂ ਪਰਨੀਤ ਕੌਰ ਦਾ ਤਿੱਖਾ ਵਿਰੋਧ ਕੀਤਾ ਗਿਆ। ਪਿਛਲੇ ਦਿਨੀ ਇੱਕ ਕਿਸਾਨ ਦੀ ਮੌਤ ਹੋਈ ਸੀ ਔਰ ਕਿਸਾਨਾਂ ਦੇ ਵੱਲੋਂ FIR ਦਰਜ ਕਰਨ ਦੀ ਮੰਗ ਕੀਤੀ ਗਈ। ਤਾਂ ਪਰਨੀਤ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਸੀ ਕਿ ਕਿਸਾਨ ਦੀ ਮੌਤ ਆਪਣੇ ਆਪ ਹੋਈ, ਕਿਸੇ ਵੀ ਤਰ੍ਹਾਂ ਦਾ ਉਸਨੂੰ ਧੱਕਾ ਨਹੀਂ ਵੱਜਾ। ਤਾਂ ਹੁਣ ਇਨਸਾਫ ਲੈਣ ਦੇ ਲਈ ਕਿਸਾਨਾਂ ਦੇ ਵੱਲੋਂ ਪਰਨੀਤ ਕੌਰ ਦਾ ਤਿੱਖਾ ਘਿਰਾਓ ਕੀਤਾ ਜਾ ਰਿਹਾ, ਮੋਤੀ ਬਾਗ ਦੇ ਵੱਲ ਚਾਲੇ ਪਾਏ ਜਾ ਰਹੇ ਨੇ ਔਰ ਇਹਨਾਂ ਦੀ ਪੁਲਿਸ ਦੇ ਨਾਲ ਧੱਕਾ ਮੁੱਕੀ ਹੋਈ ਹੈ। ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਕਿਸਾਨ ਪਰਨੀਤ ਕੌਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ, ਜਿਸ ਮੌਕੇ ਪੁਲਿਸ ਦੇ ਨਾਲ ਧੱਕਾ ਮੁੱਕੀ ਹੁੰਦੀ ਹੈ। ਇਹ ਤਸਵੀਰਾਂ ਪਟਿਆਲੇ ਤੋਂ ਸਾਹਮਣੇ ਆਈਆਂ ਨੇ। ਇਹਨਾਂ ਕਿਸਾਨਾਂ ਦੇ ਵੱਲੋਂ ਪਰਨੀਤ ਕੌਰ ਦਾ ਤਿੱਖਾ ਵਿਰੋਧ ਕੀਤਾ ਗਿਆ। ਪਿਛਲੇ ਦਿਨੀ ਇੱਕ ਕਿਸਾਨ ਦੀ ਮੌਤ ਹੋਈ ਸੀ ਔਰ ਕਿਸਾਨਾਂ ਦੇ ਵੱਲੋਂ FIR ਦਰਜ ਕਰਨ ਦੀ ਮੰਗ ਕੀਤੀ ਗਈ। ਤਾਂ ਪਰਨੀਤ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਸੀ ਕਿ ਕਿਸਾਨ ਦੀ ਮੌਤ ਆਪਣੇ ਆਪ ਹੋਈ, ਕਿਸੇ ਵੀ ਤਰ੍ਹਾਂ ਦਾ ਉਸਨੂੰ ਧੱਕਾ ਨਹੀਂ ਵੱਜਾ। ਤਾਂ ਹੁਣ ਇਨਸਾਫ ਲੈਣ ਦੇ ਲਈ ਕਿਸਾਨਾਂ ਦੇ ਵੱਲੋਂ ਪਰਨੀਤ ਕੌਰ ਦਾ ਤਿੱਖਾ ਘਿਰਾਓ ਕੀਤਾ ਜਾ ਰਿਹਾ, ਮੋਤੀ ਬਾਗ ਦੇ ਵੱਲ ਚਾਲੇ ਪਾਏ ਜਾ ਰਹੇ ਨੇ ਔਰ ਇਹਨਾਂ ਦੀ ਪੁਲਿਸ ਦੇ ਨਾਲ ਧੱਕਾ ਮੁੱਕੀ ਹੋਈ ਹੈ। ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਕਿਸਾਨ ਪਰਨੀਤ ਕੌਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ, ਜਿਸ ਮੌਕੇ ਪੁਲਿਸ ਦੇ ਨਾਲ ਧੱਕਾ ਮੁੱਕੀ ਹੁੰਦੀ ਹੈ। ਇਹ ਤਸਵੀਰਾਂ ਪਟਿਆਲੇ ਤੋਂ ਸਾਹਮਣੇ ਆਈਆਂ ਨੇ। ਇਹਨਾਂ ਕਿਸਾਨਾਂ ਦੇ ਵੱਲੋਂ ਪਰਨੀਤ ਕੌਰ ਦਾ ਤਿੱਖਾ ਵਿਰੋਧ ਕੀਤਾ ਗਿਆ। ਪਿਛਲੇ ਦਿਨੀ ਇੱਕ ਕਿਸਾਨ ਦੀ ਮੌਤ ਹੋਈ ਸੀ ਔਰ ਕਿਸਾਨਾਂ ਦੇ ਵੱਲੋਂ FIR ਦਰਜ ਕਰਨ ਦੀ ਮੰਗ ਕੀਤੀ ਗਈ। ਤਾਂ ਪਰਨੀਤ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਸੀ ਕਿ ਕਿਸਾਨ ਦੀ ਮੌਤ ਆਪਣੇ ਆਪ ਹੋਈ, ਕਿਸੇ ਵੀ ਤਰ੍ਹਾਂ ਦਾ ਉਸਨੂੰ ਧੱਕਾ ਨਹੀਂ ਵੱਜਾ। ਤਾਂ ਹੁਣ ਇਨਸਾਫ ਲੈਣ ਦੇ ਲਈ ਕਿਸਾਨਾਂ ਦੇ ਵੱਲੋਂ ਪਰਨੀਤ ਕੌਰ ਦਾ ਤਿੱਖਾ ਘਿਰਾਓ ਕੀਤਾ ਜਾ ਰਿਹਾ, ਮੋਤੀ ਬਾਗ ਦੇ ਵੱਲ ਚਾਲੇ ਪਾਏ ਜਾ ਰਹੇ ਨੇ ਔਰ ਇਹਨਾਂ ਦੀ ਪੁਲਿਸ ਦੇ ਨਾਲ ਧੱਕਾ ਮੁੱਕੀ ਹੋਈ ਹੈ। ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਕਿਸਾਨ ਪਰਨੀਤ ਕੌਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ, ਜਿਸ ਮੌਕੇ ਪੁਲਿਸ ਦੇ ਨਾਲ ਧੱਕਾ ਮੁੱਕੀ ਹੁੰਦੀ ਹੈ। ਇਹ ਤਸਵੀਰਾਂ ਪਟਿਆਲੇ ਤੋਂ ਸਾਹਮਣੇ ਆਈਆਂ ਨੇ।